ਜੀ, ਮੈਂ ਹਰਦੀਪ ਕੌਰ ਖਾਲਸਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਔਰ ਅੱਜ ਅਸੀਂ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਖੜ੍ਹੇ ਹੋਏ ਹਾਂ। ਔਰ ਇੱਥੇ 3 ਦਿਨਾਂ ਤੋਂ ਇੱਕ ਮਾਹੌਲ ਗਰਮ ਹੋਇਆ, ਔਰ ਬੜੇ ਸਿੰਘ ਮੇਰੇ ਵੀਰ ਇੱਥੇ ਬੈਠੇ ਹੋਏ ਨੇ, ਅਸੀਂ ਵੀ ਇੱਥੇ ਬੈਠੇ ਹੋਏ ਹਾਂ, ਕਿਉਂਕਿ ਜਿਹੜੇ ਕਿ ਦਰਬਾਰ ਸਾਹਿਬ ਨੂੰ ਜਾਂਦੇ ਰਾਹ 'ਤੇ ਜਿਹੜੇ ਬੁੱਤ ਲੱਗੇ ਹੋਏ ਨੇ, ਗਿੱਧਾ ਪਾਉਂਦੀਆਂ ਮੁਟਿਆਰਾਂ ਅਤੇ ਭੰਗੜੇ ਪਾਉਂਦੇ ਹੋਏ ਗੱਭਰੂ, ਜਿਹੜੇ ਕਿ ਸਾਡੇ ਸਿੱਖੀਜ਼ਮ ਦੀ ਵਿਰਾਸਤ ਦਾ ਹਿੱਸਾ ਨਹੀਂ ਹੈਗੇ, ਉਹਨਾਂ ਨੂੰ ਇੱਥੇ ਪ੍ਰਚਾਰ ਕੀਤਾ ਜਾ ਰਿਹਾ ਹੈ। ਅਤੇ ਆਉਂਦੇ ਜਾਂਦੇ ਜਿਹੜੇ ਰਾਹੀ ਨੇ, ਜਿਹੜੀ ਸੰਗਤ ਹੈ, ਉੱਥੋਂ ਇੱਕ ਬੁਰਾ ਪ੍ਰਭਾਵ ਲੈ ਰਹੀ ਹੈ, ਉਹਨਾਂ ਦੇ ਮਨ ਵਿੱਚ ਬੁਰੇ ਵਿਚਾਰ ਆ ਰਹੇ ਨੇ। ਔਰ ਆਏ ਦਿਨ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਵੀਡੀਓ ਵਾਇਰਲਸ ਹੋ ਰਹੀਆਂ, ਟਿਕਟੋਕ 'ਤੇ ਆ ਰਹੀਆਂ, ਔਰ ਵੀ ਹੋਰ ਵੀ ਮੂਵੀਜ਼ ਆ ਰਹੀਆਂ, ਜਿਸ ਤਰ੍ਹਾਂ ਕਿ ਨਾਚ ਗਾਣੇ ਦੀਆਂ ਲੜਕੀਆਂ ਵੀਡੀਓਜ਼ ਬਣਾ ਰਹੀਆਂ, ਗਲਤ ਗੀਤਾਂ 'ਤੇ ਨੱਚਿਆ ਜਾ ਰਿਹਾ, ਔਰ ਪਿਛਲੇ ਦਿਨੀ ਤਾਂ ਇਹਨਾਂ ਬੁੱਤਾਂ ਦੇ ਕੋਲ ਵੀ ਗਾਣੇ ਲਾ ਕੇ ਨੱਚਿਆ ਗਿਆ ਸੀ, ਜਿਹੜੇ ਕਿ ਸਾਡੇ ਲਈ ਬੜੇ ਹੀ ਦਿਲ ਦੁਖਾਉਣ ਵਾਲੀ ਗੱਲ ਹੈ, ਮਨ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ, ਕਿਉਂਕਿ ਇੱਥੋਂ ਦੀ ਸਰਕਾਰ ਭਲੀ ਭਾਂਤ ਜਾਣਦੀ ਹੈ, SDPC ਦੇ ਦਫ਼ਤਰ ਵਾਲੇ ਸਭ ਜਾਣਦੇ ਨੇ, ਅਕਾਲੀ ਦਲ ਦੇ ਲੋਕ ਸਭ ਜਾਣਦੇ ਨੇ ਕਿ ਸਿੱਖਾਂ ਦੇ ਵਿੱਚ ਅਸਲ ਵਿੱਚ ਉਹਨਾਂ ਦੇ ਸੰਸਕਾਰ ਕੀ ਨੇ, ਉਹਨਾਂ ਦੇ ਵਿਚਾਰ ਕੀ ਨੇ, ਗੁਰੂਆਂ ਨੇ ਸਾਨੂੰ ਕਿਹੜੀ ਸੇਧ ਦਿੱਤੀ ਹੈ, ਲੇਕਿਨ ਸਾਡੇ ਗੁਰੂਆਂ ਨੇ ਤਾਂ ਸਾਨੂੰ ਇਹ ਨਾਚ ਗਾਣਾ ਬਖਸ਼ਿਆ ਹੀ ਨਹੀਂ, ਇਹ ਸਾਡੀ ਵਿਰਾਸਤ ਦਾ ਹਿੱਸਾ ਹੀ ਨਹੀਂ ਹੈ। ਔਰ ਆਉਂਦੇ ਜਾਂਦੇ ਰਾਹੀਆਂ ਨੂੰ ਆਪਾਂ ਇਹ ਗਲਤ ਮੈਸੇਜ ਦੇ ਰਹੇ ਹਾਂ, ਅਤੇ ਉਹਨਾਂ ਨੂੰ ਬੋਲਣ ਦੇ ਬਜਾਏ ਪਹਿਲਾਂ ਅਸੀਂ ਆਪਣੇ ਆਪ 'ਤੇ ਝਾਤੀ ਮਾਰੀਏ ਕਿ ਅਸੀਂ ਉਹਨਾਂ ਨੂੰ ਕੀ ਦਿਖਾ ਰਹੇ ਹਾਂ, ਉਹਨਾਂ ਨੂੰ ਅੰਦਰ ਪ੍ਰਵੇਸ਼ ਕਰਦੇ ਅਸੀਂ ਦਿਖਾ ਰਹੇ ਹਾਂ ਨਾਚ ਗਾਣਾ ਗਿੱਧਾ, ਅਤੇ ਉਹਨਾਂ ਦੇ ਮਨ ਵਿੱਚ ਇੱਕ ਪਾਸੇ ਤੁਸੀਂ ਸ਼ਬਦ ਲਗਾ ਰਹੇ ਹੋ ਸਕਰੀਨਾਂ 'ਤੇ, ਸ਼ਬਦ ਦਿਖਾ ਰਹੇ ਹੋ, ਗੁਰਬਾਣੀ ਦਾ ਪ੍ਰਸਾਰ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਗਿੱਧਾ ਪਾ ਰਹੀਆਂ ਮੁਟਿਆਰਾਂ ਦੇ ਗੱਭਰੂ ਦਿਖਾ ਰਹੇ ਹੋ, ਉਹਨਾਂ ਦੇ ਮਨ ਵਿੱਚ ਕੀ ਵਿਚਾਰ ਆਉਣਗੇ ਕਿ ਸ਼ਬਦ ਸਾਨੂੰ ਕੀ ਸੇਧ ਦੇ ਰਹੇ ਨੇ, ਅਸੀਂ ਕੀ ਕਰਨਾ ਚਾਹੁੰਦੇ ਹਾਂ। ਇਹ ਤਾਂ ਇੱਕ ਆਮਦਨੀ ਦਾ ਹਿੱਸਾ ਬਣ ਚੁੱਕਾ ਹੋਇਆ ਕਿ ਦੂਰੋਂ ਦੂਰੋਂ ਸੰਗਤ ਆ ਰਹੀ ਹੈ, ਲੇਕਿਨ ਮੈਂ ਉਹਨਾਂ ਸੰਗਤਾਂ ਨੂੰ ਪਹਿਲਾਂ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੇ ਮੰਦਰ, ਮਸਜਿਦ, ਜਿੰਨੇ ਵੀ ਧਾਰਮਿਕ ਸਥਾਨ ਹੈ, ਕਿਤੇ ਅਸੀਂ ਉਹਨਾਂ ਦੇ ਬਾਹਰ ਇਹੀ ਗਾਣੇ ਲਗਾ ਕੇ ਜਾਂ ਟਿਕਟੋਕ ਬਣਾ ਕੇ ਧਾਰਮਿਕ ਗੀਤਾਂ ਦੀ, ਧਾਰਮਿਕ ਸ਼ਬਦਾਂ ਦੀ ਬਜਾਏ ਅਸੀਂ ਇਹਨਾਂ ਗੰਦੇ ਗੀਤਾਂ ਦੇ ਨਾਚ ਗਾਣਾ ਕਰਦੇ ਹਾਂ, ਕਿ ਅਸੀਂ ਧਾਰਮਿਕ ਸਥਾਨਾਂ 'ਤੇ ਜਾ ਕੇ ਆਪਣੇ ਬੱਚਿਆਂ ਦੇ ਨਾਲ ਭੰਗੜੇ ਪਾਉਂਦੇ ਹਾਂ, ਗਿੱਧੇ ਪਾਉਂਦੇ ਹਾਂ, ਗੀਤ ਲਗਾਉਂਦੇ ਹਾਂ, ਸਾਡੇ ਸੰਸਕਾਰ ਕੀ ਕਹਿੰਦੇ ਨੇ, ਸਾਡੇ ਦੇਵੀ ਦੇਵਤੇ ਗੁਰੂ ਪਾਤਸ਼ਾਹ ਨੇ ਇੱਕ ਓਂਕਾਰ ਜੇ ਕਿਹਾ ਤਾਂ ਉਹਨਾਂ ਨੇ ਕਿਹਾ ਪਰਮਾਤਮਾ ਇੱਕ ਹੈ ਅਤੇ ਉਹੀ ਸਰਬ ਵਿਆਪਕ ਹੈ ਅਤੇ ਉਹੀ ਇਸ ਸੰਸਾਰ ਨੂੰ ਚਲਾਉਂਦਾ, ਅਸੀਂ ਉਸ ਇੱਕ ਨੂੰ ਮੰਨਦੇ ਹਾਂ ਅਤੇ ਅਸੀਂ ਸਾਰੇ ਉਸ ਇੱਕ ਦੇ ਹੀ ਬੱਚੇ ਹਾਂ, ਅਤੇ ਕੀ ਸਾਡੇ ਉਸ ਇੱਕ ਪਰਮਾਤਮਾ ਨੇ ਸਾਨੂੰ ਇਹ ਹੁਕਮ ਕੀਤਾ ਕਿ ਅਸੀਂ ਧਾਰਮਿਕ ਸਥਾਨਾਂ ਦੇ ਅੱਗੇ ਆਪਣੇ ਆਪ ਨੂੰ ਅਰਪਣ ਕਰਨ ਦੀ ਬਜਾਏ ਆਪਣੇ ਪਰਮਾਤਮਾ ਦੇ ਅੱਗੇ ਆਪਾਂ ਨੱਚਣ ਗਾਣ ਕਰ ਰਹੇ ਹਾਂ, ਕਿ ਅਸੀਂ ਉਹਨਾਂ ਹੀਰਾਂਝਿਆਂ ਨੂੰ, ਅਸੀਂ ਉਹਨਾਂ ਜਿਹੜੇ ਆਪਾਂ ਫਿਲਮਾਂ ਗੀਤਾਂ ਨੂੰ ਵੇਖ ਰਹੇ ਹਾਂ, ਅਤੇ ਆਪਣੇ ਬੱਚਿਆਂ ਨੂੰ ਵੀ ਉਸ ਲੀਹ 'ਤੇ ਪਾ ਕੇ ਚੰਗੇ ਕੰਮ ਕਰ ਰਹੇ ਹਾਂ, ਕਿਉਂਕਿ ਅੱਜ ਕੱਲ੍ਹ ਦੀਆਂ ਧੀਆਂ, ਕੱਲ੍ਹ ਦੀਆਂ ਮਾਵਾਂ, ਅੱਜ ਦੀ ਪੀੜ੍ਹੀ ਕੱਲ੍ਹ ਦਾ ਯੁੱਗ ਬਦਲ ਦੇਣਗੀਆਂ, ਤਾਂ ਤੁਸੀਂ ਕਿਸ ਤਰ੍ਹਾਂ ਦਾ ਯੁੱਗ ਬਦਲਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਇਤਿਹਾਸ ਬਣਾਉਣਾ ਚਾਹੁੰਦੇ ਹੋ, ਇਹ ਸਾਡੇ 'ਤੇ ਡਿਪੈਂਡ ਕਰਦਾ। ਅਸੀਂ ਉਸ ਆਪਣੇ ਬੱਚਿਆਂ ਨੂੰ ਹੀਰਾ ਬਣਾਉਣਾ ਚਾਹੁੰਦੇ ਹਾਂ, ਰਾਂਝੇ ਬਣਾਉਣਾ ਚਾਹੁੰਦੇ, ਕੰਨਾਂ 'ਚ ਮੁੰਦਰਾਂ ਪਾਉਣਾ ਚਾਹੁੰਦੇ, ਅਤੇ ਅੱਜ ਕੱਲ੍ਹ ਹੋ ਵੀ ਰਿਹਾ ਕਿ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਨੇ ਕੰਨਾਂ 'ਚ ਮੁੰਦਰਾਂ ਪਾ ਕੇ ਬੈਠੇ ਹੋਏ ਨੇ, ਅੱਜ ਕੱਲ੍ਹ ਦੀਆਂ ਧੀਆਂ ਜਿਹੜੀਆਂ ਹੀਰਾ ਬਣ ਕੇ ਕਲਯੁੱਗ ਦਾ ਪਸਾਰਾ ਆ ਰਿਹਾ, ਪਰ ਗੁਰੂ ਘਰ ਦੇ ਅੱਗੇ ਇਹ ਜਿਹੜੇ ਬੁੱਤ ਬਣੇ ਹੋਏ ਨੇ ਸ਼ੋਭਾ ਨਹੀਂ ਦਿੰਦੇ। ਹੋਟਲਾਂ ਦੇ ਬਾਹਰ ਜਾਂ ਸ਼ਹਿਰ ਤੋਂ ਬਾਹਰ ਜਾਂ ਸ਼ਹਿਰ ਦੇ ਵਿੱਚ ਇਹਨਾਂ ਬੁੱਤਾਂ ਨੂੰ ਜਿੱਥੇ ਮਰਜ਼ੀ ਲਗਾਓ, ਲੇਕਿਨ ਗੁਰੂ ਘਰਾਂ ਦੇ ਵਿੱਚ ਇਹਨਾਂ ਬੁੱਤਾਂ ਲਈ ਕੋਈ ਜਗ੍ਹਾ ਨਹੀਂ। ਇੱਥੇ ਚਾਹੀਦਾ ਉਹਨਾਂ ਬੀਬੀਆਂ ਦੇ ਬੁੱਤ, ਉਹਨਾਂ ਸ਼ਹੀਦ ਸਿੰਘਾਂ ਦੇ ਬੁੱਤ, ਜਿਨ੍ਹਾਂ ਨੇ ਸਾਡੇ ਸਿੱਖਾਂ ਦੇ ਲਈ ਕੁਰਬਾਨੀਆਂ ਕੀਤੀਆਂ, ਸਾਡੇ ਧਰਮ ਦੇ ਲਈ ਕੁਰਬਾਨੀਆਂ ਕੀਤੀਆਂ, ਆਪਣੇ ਹੀ ਨਹੀਂ ਹਰ ਧਰਮ ਦੀ ਰਾਖੀ ਦੇ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ। ਛੋਟੇ ਛੋਟੇ ਬੱਚਿਆਂ ਦੇ ਟੋਟੇ ਰੋਟੇ ਕਰਵਾ ਕੇ ਆਪਣੇ ਗਲਾਂ ਵਿੱਚ ਸਿਹਰੇ ਪਵਾਏ ਨੇ। ਮੈਂ ਤਿਆਣਾ ਸਾਹਿਬ ਜਾਓ, ਉੱਥੇ ਤੁਸੀਂ ਦੇਖੋ ਸ਼ਹੀਦ ਸਿੰਘਾਂ ਦੇ ਬੁੱਤ ਲੱਗੇ ਹੋਏ ਨੇ, ਘੋੜਿਆਂ ਦੇ, ਕਾਠੀਆਂ ਦੇ, ਨਗਾੜਿਆਂ ਦੇ ਬੁੱਤ ਲੱਗੇ ਹੋਏ ਨੇ। ਪਤਾ ਲੱਗਦਾ ਕਿ ਸਾਡੇ ਇਤਿਹਾਸ ਨੂੰ ਦਿਖਾਇਆ ਜਾ ਰਿਹਾ, ਕਿ ਅੱਜ ਕੱਲ੍ਹ ਦੀ ਸਰਕਾਰ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਸਿੱਖ ਧਰਮ ਵਿੱਚ ਇੰਨਾ ਨਾਚ ਗਾਣੇ ਦੀ ਕੀ ਵੈਲਿਊ ਹੈਗੀ ਹੈ। ਕਿਤੇ ਵੀ ਜਾਲ ਇਤਿਹਾਸ ਨੂੰ ਆਪਾਂ ਝਾਤੀ ਮਾਰ ਲਈਏ ਤਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਗੁਰੂ ਪਾਤਸ਼ਾਹ ਦੀ ਬਾਣੀ ਵਿੱਚ, ਸਾਡੇ ਸਿੱਖ ਇਤਿਹਾਸ ਵਿੱਚ ਇਸ ਨਾਚ ਗਾਣੇ ਬਾਰੇ ਕੋਈ ਜਗ੍ਹਾ ਨਹੀਂ ਹੈ।
ਇਹ ਇੱਥੋਂ ਦਾ ਸੰਸਕਾਰ ਨਹੀਂ, ਇੱਥੋਂ ਦਾ ਕਲਚਰ ਨਹੀਂ ਹੈ, ਸਿੱਖਾਂ ਦਾ ਕਲਚਰ ਨਹੀਂ ਹੈ। ਸਿੱਖ ਹਮੇਸ਼ਾ ਆਪਣੇ ਦੁੱਖ ਸੁੱਖ ਨੂੰ ਆਪਣੇ ਨਗਾੜਿਆਂ ਦੇ ਨਾਲ, ਆਪਣੇ ਘੋੜਿਆਂ ਦੇ ਨਾਲ, ਆਪਣੇ ਗੱਤਕੇਬਾਜ਼ੀ ਕਿਰਪਾਨਬਾਜ਼ੀ ਨਾਲ ਹੀ ਦਰਸਾਉਂਦੇ ਨੇ, ਚਾਹੇ ਦੁੱਖ ਦਾ ਵੇਲਾ ਹੋਵੇ, ਚਾਹੇ ਸੁੱਖ ਦਾ ਵੇਲਾ ਹੋਵੇ। ਅਸੀਂ ਨਗਰ ਕੀਰਤਨਾਂ ਦੇ ਦਰਸ਼ਨ ਕਰਨ ਜਾਂਦੇ ਹਾਂ ਤਾਂ ਆਪਾਂ ਉੱਥੇ ਭਲੀ ਭਾਂਤ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਅਸੀਂ ਗੱਤਕਾ ਦਿਖਾਉਂਦੇ ਹਾਂ ਆਪਣੇ, ਸਾਡੀ ਸਿੱਖ ਬੀਬੀਆਂ, ਸਾਡੀਆਂ ਧੀਆਂ ਗੱਤਕਾ ਕਰਦੀਆਂ। ਲੇਕਿਨ ਜੇ ਉਹੀ ਧੀਆਂ ਅੱਗੇ ਆ ਕੇ ਸਟੇਜਾਂ 'ਤੇ ਡਾਂਸ ਕਰਨ ਤਾਂ ਸੋਹਣਾ ਨਹੀਂ ਲੱਗਦਾ, ਸ਼ੋਭਾ ਨਹੀਂ ਦਿੰਦਾ। ਘਰ ਵਿੱਚ ਖੁਸ਼ੀਆਂ ਖੇੜੇ ਮਨਾਉਣੀਆਂ ਬੜਾ ਸੋਹਣੀ ਗੱਲ ਹੈ, ਲੇਕਿਨ ਜਦੋਂ ਆਪਾਂ ਸਟੇਜਾਂ ਉੱਤੇ ਵੀ ਨੱਚਣ ਗਾਣ ਕਰਨ ਲੱਗ ਪੈਂਦੇ ਹਾਂ ਤਾਂ ਉਹ ਬੜਾ ਮਾੜਾ ਸੁਨੇਹਾ ਮਿਲਦਾ। ਆਪਣੀ ਧੀਆਂ ਨੂੰ ਮਾਈ ਭਾਗੋ ਬਣਾਓ, ਅੱਗੇ ਲਿਆਓ, ਤਾਂ ਕਿ ਉਹ ਖੁਦ ਨੂੰ ਕਿਸੇ ਦੇ ਹੀਣ ਨਾ ਬਣਾ ਸਕਣ, ਕਿਸੇ ਕੋਲੋਂ ਰੱਖਿਆ ਮੰਗਣ ਦੀ ਬਜਾਏ ਖੁਦ ਦੀ ਰੱਖਿਆ ਕਰ ਸਕਣ। ਅੱਜ ਕੱਲ੍ਹ ਦਾ ਚੱਲ ਰਿਹਾ ਕ੍ਰਾਈਮ ਜਿਹੜਾ ਧੀਆਂ ਨਾਲ ਸਰੇਆਮ ਲਗਾਤਾਰ, ਕਦੀ ਰੇਪ ਹੋ ਰਿਹਾ, ਕਦੀ ਉਹਨਾਂ ਨੂੰ ਛੇੜਿਆ ਜਾ ਰਿਹਾ, ਕਦੀ ਤੇਜ਼ਾਬ ਸੁੱਟੀ ਜਾ ਰਹੀ ਹੈ, ਕਦੀ ਘਰਾਂ ਵਿੱਚ ਵੜ ਕੇ ਤੰਗ ਕੀਤਾ ਜਾ ਰਿਹਾ, ਇਹਨਾਂ ਹੀ ਚੀਜ਼ਾਂ ਦਾ ਨਤੀਜਾ, ਇਹਨਾਂ ਹੀ ਪ੍ਰਸਾਰ ਦਾ ਨਤੀਜਾ ਹੈਗਾ। ਸਿੰਘ ਜੀ ਇੱਕ ਤੁਹਾਡੇ ਨਾਲ ਗੱਲ ਹੋਰ ਕਰਨੀ ਹੈ, ਕਿਉਂਕਿ ਅਸੀਂ ਬਾਅਦ ਦੇ ਵਿੱਚ ਜਦੋਂ ਮੁੱਦਾ ਛੇੜਨ ਲੱਗ ਪੈਂਦੇ ਹਾਂ, ਫਿਰ ਅਸੀਂ ਉਹ ਧਰਨੇ ਲਾਉਂਦੇ, ਸਭ ਕੁਝ ਕਰਦੇ ਹਾਂ। ਇੱਕ ਫਿਲਮ ਨਵੀਂ ਸ਼ੁਰੂ ਹੋ ਰਹੀ ਹੈ ਹਰੀ ਸਿੰਘ ਨਲੂਆ 'ਤੇ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ, ਹੋਣੀ ਚਾਹੀਦੀ ਹੈ ਕਿ ਨਹੀਂ? ਦੇਖੋ, ਹਰੀ ਸਿੰਘ ਨਲੂਆ ਦੀ ਹੋਣ ਚਾਹੇ ਚਾਰ ਸਾਹਿਬਜ਼ਾਦੇ, ਅੱਜ ਕੱਲ੍ਹ ਸਿੱਖ ਇਤਿਹਾਸ 'ਤੇ ਫਿਲਮਾਂ ਕਾਫੀ ਬਣ ਰਹੀਆਂ ਨੇ ਔਰ ਹੋਣਾ ਵੀ ਚਾਹੀਦਾ, ਲੇਕਿਨ ਉਹਨਾਂ ਫਿਲਮਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਕਦੀ ਸੈਂਸਰ ਬੋਰਡ ਕਰਦੇ ਬੈਨ ਲਗਾ ਦਿੰਦੀ ਹੈ, ਅਤੇ ਕਦੀ ਗਵਰਨਮੈਂਟ ਕੁਛ ਨਾ ਕੁਛ ਪੰਗਾ ਪਾ ਦਿੰਦੀ ਹੈ ਉਹਨਾਂ ਸਿੱਖਾਂ, ਕਿਉਂਕਿ ਉਹਨਾਂ ਨੂੰ ਡਰ ਹੈ, ਕਿਉਂਕਿ ਸਿੱਖ ਭਾਵੇਂ ਘੱਟ ਵੀ ਨੇ ਲੇਕਿਨ ਉਹਨਾਂ ਵਿੱਚ ਸ਼ੇਰਾਂ ਵਰਗੀ ਤਾਕਤ ਹੈ। ਸਿੱਖਾਂ ਨੂੰ ਗੁਰੂ ਪਾਤਸ਼ਾਹ ਨੇ ਵੈਸੇ ਹੀ ਕਹਿ ਤਾ ਵੀ ਚਿੜੀਆਂ ਤੋਂ ਬਾਜ ਲਾਉਣਾ, ਉਹਨਾਂ ਨੇ ਗੁਰੂ ਪਾਤਸ਼ਾਹ ਨੇ ਸਾਨੂੰ ਸਿੱਖਾਂ ਨੂੰ ਐਸੀ ਤਾਕਤ ਬਖਸ਼ੀ ਹੈ ਕਿ ਸਿੱਖ ਥੋੜ੍ਹੀ ਗਿਣਤੀ ਵਿੱਚ ਵੀ ਆਪਣੀ ਹੋਂਦ ਨੂੰ ਕਾਇਮ ਰੱਖਣ ਦੇ ਹੈਗੇ ਨੇ, ਬਲ ਵਿੱਚ ਹੈਗੇ ਨੇ, ਉਹਨਾਂ ਵਿੱਚ ਤਾਕਤ ਹੈਗੀ ਹੈ। ਔਰ ਸਰਕਾਰ ਇਹੀ ਡਰਦੀ ਹੈ ਕਿ ਕਿਤੇ ਇਹਨਾਂ ਨੂੰ ਘੱਟ ਗਿਣਤੀ ਨੂੰ ਵੀ ਤਾਕਤ ਮਿਲ ਗਈ ਤਾਂ ਸਾਡਾ ਕੀ ਬਣੂਗਾ, ਕਿਉਂਕਿ ਅਸੀਂ ਤਾਂ ਸ਼ੁਰੂ ਤੋਂ ਹੀ ਅਸੀਂ ਜ਼ੁਲਮ ਦੇ ਅੱਗੇ ਖੜ੍ਹੇ ਹੋਏ ਹਾਂ, ਆਪਾਂ ਜ਼ੁਲਮ ਦੇ ਅੱਗੇ ਬੋਲੇ ਹਾਂ। ਅਤੇ ਅੱਜ ਕੱਲ੍ਹ ਜੋ ਚੱਲ ਰਿਹਾ ਸਭ ਜਾਣਦੇ ਨੇ, ਸਰਕਾਰ ਜਾਂ ਅੱਜ SDPC ਜਾਂ ਜਿਹੜੇ ਵੀ ਹੈਗੇ ਨੇ ਪੈਰੋਕਾਰ ਹੈਗੇ ਨੇ, ਪੋਲੀਟਿਕਸ ਚੱਲ ਰਹੀ ਹੈ ਹਰ ਪਾਸੇ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ। ਮੈਂ ਤਾਂ ਕਹਿੰਦੀ ਹਾਂ ਜੇ ਮੈਂ ਵੀ ਕੁਝ ਕਰਾਂਗੀ ਤਾਂ ਮੈਂ ਸਿੱਖ ਇਤਿਹਾਸ 'ਤੇ ਪੂਰੇ ਫਿਲਮਾਂ ਬਣਾਵਾਂਗੀ ਤਾਂ ਕਿ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਸਿੱਖ ਇਤਿਹਾਸ ਦੇ, ਸਿੱਖ ਨੂੰ ਪ੍ਰਚਾਰ ਕਰਨ ਦੇ ਤਰੀਕੇ ਬਦਲਦੇ ਆਏ ਨੇ। ਕਦੀ ਸਟੇਜਾਂ 'ਤੇ ਸੀ, ਅੱਜ ਉਹ ਫਿਲਮਾਂ ਦੇ ਪ੍ਰਚਾਰ ਦਾ ਮਾਧਿਅਮ ਦਾ ਜ਼ਰੀਆ ਬਣ ਚੁੱਕਾ ਹੈ। ਔਰ ਸੋਸ਼ਲ ਮੀਡੀਆ ਇੱਕ ਐਸਾ ਜ਼ਰੀਆ ਕਿ ਪ੍ਰਧਾਨ ਮੰਤਰੀ ਵੀ ਉਹ ਤੋਂ ਵਾਂਝੇ ਨਹੀਂ ਹੈਗੇ, ਉਹ ਵੀ ਸੋਸ਼ਲ ਮੀਡੀਆ ਦਾ ਵੱਧ ਤੋਂ ਵੱਧ ਯੂਜ਼ ਕਰ ਰਹੇ ਨੇ, ਵਰਤੋਂ ਕਰ ਰਹੇ ਨੇ, ਕਿਉਂਕਿ ਸੋਸ਼ਲ ਮੀਡੀਆ ਬੱਚਿਆਂ ਦੇ ਮਨਾਂ ਵਿੱਚ ਘਰ ਕਰ ਚੁੱਕਾ ਹੋਇਆ। ਬੱਚੇ TV ਘੱਟ ਦੇਖਦੇ ਨੇ, ਮੋਬਾਈਲ ਜ਼ਿਆਦਾ ਫੜਦੇ ਨੇ। ਅੱਜ ਕੱਲ੍ਹ ਦੇ ਪੇਰੈਂਟਸ ਵੀ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਨਿੱਕੇ ਨਿੱਕੇ ਬੱਚਿਆਂ ਨੂੰ ਮੋਬਾਈਲ ਲੈ ਕੇ ਦੇ ਦਿੰਦੇ, ਨੈੱਟ ਚਲਾ ਦਿੰਦੇ ਨੇ, ਵਾਈਫਾਈ ਘਰਾਂ 'ਚ ਲੱਗਿਆ ਹੋਇਆ। ਅਤੇ ਜੇ ਇਹੋ ਜਿਹੀ ਫਿਲਮਾਂ ਮੋਬਾਈਲਾਂ 'ਚ ਆਉਣ ਲੱਗ ਗਈਆਂ, ਯੂਟਿਊਬ 'ਚ ਆਉਣ ਲੱਗ ਗਈਆਂ, ਤਾਂ ਫਿਰ ਤੁਸੀਂ ਆਪ ਸੋਚੋ ਬੱਚਿਆਂ ਦੀ ਬੁੱਧੀ ਕਿਉਂ ਨਹੀਂ ਸਹੀ ਪਾਸੇ ਜਾਏਗੀ। ਬੱਚਿਆਂ ਦੇ ਮਨਾਂ ਵਿੱਚ ਇੱਕ ਸਹੀ ਪਸਾਰਾ ਹੋਏਗਾ, ਉਹਨਾਂ ਦੀ ਸੋਚ ਸਹੀ ਹੋ ਜਾਏਗੀ। ਔਰ ਇਹੀ ਸਰਕਾਰ ਜਾਂ ਇੱਥੋਂ ਜਿਹੜੇ ਸ਼ਰਾਰਤੀ, ਮੈਂ ਸਰਕਾਰ ਵੀ ਨਹੀਂ ਕਹੂੰਗੀ, ਸ਼ਰਾਰਤੀ ਜਿਹੜੇ ਲੋਕ ਨੇ ਉਹ ਇਹ ਨਹੀਂ ਚਾਹੁੰਦੇ। ਬੁੱਤਾਂ ਬਾਰੇ ਕੌਮ ਨੂੰ ਆਖਰੀ ਮੈਸੇਜ ਦਿਓ ਛੋਟਾ ਜਿਹਾ। ਦੇਖੋ, ਮੈਂ ਤਾਂ ਹੱਥ ਜੋੜ ਕੇ ਸਭ ਨੂੰ ਇਹੀ ਬੇਨਤੀ ਕਰਾਂਗੀ ਕਿ ਅਸੀਂ ਵੀ ਜ਼ਿੰਮੇਵਾਰ ਹਾਂ, ਸਰਕਾਰ ਵੀ ਜ਼ਿੰਮੇਵਾਰ ਹੈ, ਔਰ ਟੂਰਿਸਟ ਵੀ ਜ਼ਿੰਮੇਵਾਰ ਨੇ ਜਿਹੜੀ ਸੰਗਤ ਰੂਪ ਵਿੱਚ ਇੱਥੇ ਆਉਂਦੀ ਹੈ। ਅਸੀਂ ਆਪਣੇ ਅੰਦਰ ਝਾਤੀ ਮਾਰੀਏ ਔਰ ਦੇਖੀਏ ਕਿ ਸਾਡੇ ਧਰਮ ਵਿੱਚ, ਚਾਹੇ ਉਹ ਕੋਈ ਵੀ ਧਰਮ ਹੈ, ਕਿਸੇ ਵਿੱਚ ਵੀ ਇਹਨਾਂ ਨਾਚ ਗਾਣਾਂ ਲਈ ਕੋਈ ਜਗ੍ਹਾ ਨਹੀਂ ਹੈਗੀ। ਅਤੇ ਇਹ ਜਿਹੜੇ ਬੁੱਤ ਲੱਗੇ ਹੋਏ ਨੇ, ਇਹ ਗੁਰੂ ਘਰਾਂ ਦੇ ਬਾਅਦ 'ਤੇ ਕਦੀ ਵੀ ਸ਼ੋਭਾ ਨਹੀਂ ਦਿੰਦੇ ਅਤੇ ਨਾ ਹੀ ਹੋਣੇ ਚਾਹੀਦੇ ਨੇ। ਅਤੇ ਸੋਚਣਾ ਚਾਹੀਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ, ਤਰਕ ਕਰੋ, ਆਪਣੇ ਵਿਚਾਰਾਂ ਨੂੰ ਅੱਗੇ ਰੱਖੋ। ਅਤੇ ਅਸੀਂ ਆਪਣੇ ਵਿਚਾਰ ਆਪਣੀ ਸਰਕਾਰ ਦੇ ਅੱਗੇ ਰੱਖ ਰਹੇ ਹਾਂ, SDPC ਦੇ ਅੱਗੇ ਰੱਖ ਰਹੇ ਹਾਂ, ਉਹਨਾਂ ਨੂੰ ਵੀ ਇੱਥੇ ਸੋਚ ਵਿਚਾਰ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।